ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਸਰਕਾਰ ਵੱਲੋਂ ਘੜੀ ਜਾ ਰਹੀ ਨਵੀਂ ਨੀਤੀ ਕਿ ਕੌਣ ਕੌਣ ਹੁਣ ਕੈਨੇਡਾ ਆ ਸਕਦਾ ਕਰੋਨਾ ਪਾਬੰਦੀਆਂ ਜਿਹੜੀਆਂ ਆ ਉਹ ਚੱਕੀਆਂ ਜਾ ਰਹੀਆਂ ਆ ਪੂਰੇ ਕੈਨੇਡਾ ਦੇ ਵਿੱਚ ਬੀ ਸੀ ਦੇ ਵਿੱਚ ਹੁਣ ਕੀ ਖੁੱਲ੍ਹਾ ਮਿਲਣ ਜਾ ਰਹੀਆਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਲੋਕ ਕੀ ਤਿਆਰੀਆਂ ਕਰ ਰਹੇ ਆ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਅੱਜ ਵੀ ਨਹੀਂ ਖੇੜੀਆਂ ਅਮਰੀਕਾ ਦੇ ਵਿੱਚ ਟੀਕਾ ਲਗਵਾਉਣ ਦਾ ਜਿਹੜਾ ਟੀਚਾ ਸੀਗਾ ਉਹ ਜਿਹੜਾ ਮਿੱਥਿਆ ਹੋਇਆ ਸੀਗਾ ਬਾਈਡਨ ਪ੍ਰਸ਼ਾਸਨ ਕੋਲੋਂ ਪੂਰਾ ਨਹੀਂ ਹੋ ਰਿਹਾ ਅਤੇ ਨਾਲ ਹੀ ਆਪਾਂ ਗੱਲ ਕਰਾਂਗੇ ਕਲਕੱਤੇ ਵਿੱਚ ਮਾਰੇ ਗਏ ਦੋ ਪੰਜਾਬੀ ਗੈਂਗਸਟਰਾਂ ਸੌਦਾ ਸਾਧ ਰਾਮ ਰਹੀਮ ਨੂੰ ਮਿਲ ਰਹੀਆਂ ਰਿਆਇਤਾਂ ਦੀ ਅਤੇ ਪਟਿਆਲੇ ਟੈਂਕੀ ਦੇ ਉੱਤੇ ਬੈਠਾ ਨੌਜਵਾਨ ਉਹਦੀ ਗੱਲਬਾਤ ਲੈ ਕੇ ਹੁਣੇ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਆ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਪੇਸ਼ ਕਰਦੇ ਹਾਂ ਉਹਦੇ ਉੱਤੇ ਬਹੁਤੇ ਜਿਹੜੇ ਕਮੈਂਟਸ ਹੁੰਦੇ ਆ ਥੱਲੇ ਸਪੈਸ਼ਲੀ ਪੰਜਾਬ ਵਾਲਿਆਂ ਦੇ ਉਹ ਇਹੀ ਹੁੰਦੇ ਆ ਕਿ ਅਸੀਂ ਕੈਨੇਡਾ ਕਦੋਂ ਆ ਸਕਦੇ ਹਾਂ ਕੈਨੇਡਾ ਜਿਹੜਾ ਆ ਉਹ ਕਦੋਂ ਖੁੱਲ੍ਹ ਰਿਹਾ ਹੈਗਾ ਜਿਹੜੀ ਕੈਨੇਡਾ ਸਰਕਾਰ ਆ ਉਹ ਪਹਿਲਾਂ ਵੀ ਕਹਿ ਚੁੱਕੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਵਾਸਤੇ ਪੂਰੀ ਦੁਨੀਆ ਦੇ ਟੂਰਿਸਟ ਦੇ ਵਾਸਤੇ ਘੁੰਮਣ ਫਿਰਨ ਵਾਲਿਆਂ ਦੇ ਵਾਸਤੇ ਕੈਨੇਡਾ ਜਿਹੜਾ ਖੋਲ੍ਹ ਦਿੱਤਾ ਜਾਵੇ ਪਰ ਡਰ ਇਹੀ ਆ ਵੀ ਕਰੋਨਾ ਜਿਹੜਾ ਆ ਕਿਤੇ ਉਹ ਨਾ ਫੈਲ ਜਾਵੇ ਹੁਣ ਕੀ ਹੋਇਆ ਕਿ ਕੈਨੇਡਾ ਸਰਕਾਰ ਨੇ ਅੱਜ ਕੈਨੇਡਾ ਦੇ ਸਿਹਤ ਮੰਤਰੀ ਨੇ ਇੱਕ ਜਿਹੜੀ ਨੀਤੀ ਬਿਆਨੀ ਹੈ ਜਿਹੜੀ ਕਿ ਉਮੀਦ ਆ ਕਿ ਜੁਲਾਈ ਦੇ ਵਿੱਚ ਲਾਗੂ ਹੋ ਜਾਣੀ ਹੈ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਣੀ ਹੈ ਅਤੇ ਇਸ ਦੇ ਵਾਸਤੇ ਨੀਤੀ ਦੇ ਵਿੱਚ ਦੱਸਿਆ ਗਿਆ ਕਿ ਕੌਣ ਕੌਣ ਜਿਹੜਾ ਕੈਨੇਡਾ ਆ ਉਹ ਆ ਸਕਦਾ ਆ ਸੋ ਇਹਦੇ ਵਿੱਚ ਜਿਹੜੀ ਵੱਡੀ ਗੱਲ ਇਹ ਰੱਖੀ ਗਈ ਹੈ ਕਿ ਫੁੱਲੀ ਵੈਕਸੀਨੇਟਡ ਲੋਕ ਜਿਹੜੇ ਆ ਉਹ ਕੈਨੇਡਾ ਆ ਸਕਣਗੇ ਕੈਨੇਡਾ ਸਫ਼ਰ ਕਰ ਸਕਣਗੇ ਫੁੱਲੀ ਵੈਕਸੀਨੇਟਡ ਤੋਂ ਭਾਵ ਜਿਨ੍ਹਾਂ ਵਿਅਕਤੀਆਂ ਦੇ ਦੋ ਟੀਕੇ ਜਿਹੜੇ ਆ ਕਰੋਨਾ ਦੇ ਉਹ ਲੱਗੇ ਹੋਏ ਆ ਉਹ ਹੁਣ ਕੈਨੇਡਾ ਆ ਸਕਣਗੇ ਇਹ ਹਜੇ ਤਰੀਕ ਉਹਨਾਂ ਨੇ ਐਲਾਨਣੀ ਆ ਮੇਕਸ਼ੋਰ ਕਰਨਾ ਕਿ ਇਹ ਹਜੇ ਤੋਂ ਹੁਣ ਤੋਂ ਹੀ ਫੈਸਲਾ ਨਹੀਂ ਹੋਇਆ ਤਰੀਕ ਹਾਲੇ ਐਲਾਨਣੀ ਆ ਪਰ ਜੁਲਾਈ ਤੋਂ ਇਹ ਫੈਸਲਾ ਜਿਹੜਾ ਆ ਲਾਗੂ ਹੋ ਸਕਦਾ ਆ ਸੋ ਉਹ ਲੋਕ ਜਿਨ੍ਹਾਂ ਦੇ ਦੋਵੇਂ ਟੀਕੇ ਲੱਗੇ ਹੋਏ ਆ ਉਹ ਹਵਾਈ ਸਫ਼ਰ ਜਿਹੜਾ ਆ ਕੈਨੇਡਾ ਨੂੰ ਕਰ ਸਕਣਗੇ ਪਰ ਉਹਦੇ ਵਾਸਤੇ ਨਾਲ ਸ਼ਰਤ ਜਿਹੜੀ ਇਹ ਰੱਖੀ ਗਈ ਆ ਕਿ ਦੋ ਟੀਕੇ ਉਹ ਹੋਣੇ ਚਾਹੀਦੇ ਆ ਜਿਨ੍ਹਾਂ ਨੂੰ ਕਿ ਕੈਨੇਡਾ ਦੇ ਸਿਹਤ ਵਿਭਾਗ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਹੁਣ ਜਿਨ੍ਹਾਂ ਟੀਕਿਆਂ ਨੂੰ ਹੈਲਥ ਕੈਨੇਡਾ ਨੇ ਮਨਜ਼ੂਰੀ ਦਿੱਤੀ ਹੋਈ ਆ ਉਹਨਾਂ ਦੇ ਵਿੱਚ ਫਾਈਜ਼ਰ ਮਡਰਨਾ ਐਸਟਾਜ਼ੈਨਕਾ ਅਤੇ ਜੌਨਸਨ ਐਂਡ ਜੌਨਸਨ ਜਿਹੜੇ ਆ ਉਹ ਸ਼ਾਮਲ ਆ ਸੋ ਐਸਟਾਜ਼ੈਨਕਾ ਟੀਕਾ ਜਿਹੜਾ ਉਹੀ ਫਾਰਮੂਲਾ ਆ ਜਿਹਨੂੰ ਕਿ ਇੰਡੀਆ ਦੇ ਵਿੱਚ ਕੋਵਿਸ਼ੀਲਡ ਕਹਿੰਦੇ ਆ ਸੋ ਇਹਦਾ ਮਤਲਬ ਇਹ ਆ ਕਿ ਜਿਨ੍ਹਾਂ ਲੋਕਾਂ ਦੇ ਭਾਰਤ ਦੇ ਵਿੱਚ ਕੋਵਿਸ਼ੀਲਡ ਦੇ ਵੈਕਸੀਨ ਲੱਗੇ ਹੋਏ ਆ ਉਹ ਕੈਨੇਡਾ ਦੇ ਵਿੱਚ ਸਫ਼ਰ ਜਿਹੜਾ ਆ ਉਹ ਕਰ ਸਕਣਗੇ ਇਸਦੇ ਨਾਲ ਹੀ ਜਿਹੜੀ ਹੋਰ ਗੱਲ ਇਹ ਵੀ ਰੱਖੀ ਗਈ ਆ ਕਿ ਕੌਣ ਸਫ਼ਰ ਕਰ ਸਕਦਾ ਸੋ ਜਿਨ੍ਹਾਂ ਲੋਕਾਂ ਦੇ ਕੋਲ ਵੀ ਕੈਨੇਡਾ ਸਫ਼ਰ ਕਰਨ ਦਾ ਹੱਕ ਆ ਮਤਲਬ ਕਿ ਕੈਨੇਡਾ ਦੇ ਸਿਟੀਜ਼ਨ ਕੈਨੇਡਾ ਦੇ ਪਰਮਾਨੈਂਟ ਰੈਜੀਡੈਂਟ ਉਹ ਲੋਕ ਜਿਨ੍ਹਾਂ ਦੇ ਕੋਲ ਕੈਨੇਡਾ ਦੇ ਵਿੱਚ ਸਫ਼ਰ ਕਰਨ ਦਾ ਹੱਕ ਹੈ ਚਾਹੇ ਉਹ ਸਟੂਡੈਂਟ ਵੀਜ਼ਾ ਵੀ ਉਹਨਾਂ ਨੂੰ ਮਿਲਿਆ ਹੋਇਆ ਚਾਹੇ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਹੋਇਆ ਚਾਹੇ ਉਹ ਟੂਰਿਸਟ ਵੀਜ਼ਾ ਜਿਹੜਾ ਉਹਨਾਂ ਨੂੰ ਲੰਮੇ ਸਮੇਂ ਵਾਸਤੇ ਮਿਲਿਆ ਹੋਇਆ ਚਾਹੇ ਸੁਪਰ ਵੀਜ਼ਾ ਉਹਨਾਂ ਦੇ ਕੋਲ ਆ ਉਹ ਲੋਕ ਜਿਹੜੇ ਆ ਕੈਨੇਡਾ ਦੇ ਵਿੱਚ ਸਫ਼ਰ ਕਰ ਸਕਣਗੇ ਸੋ ਕੈਨੇਡਾ ਆਉਣ ਉਪਰੰਤ ਜਿਹੜੀ 14 ਦਿਨ ਕੁਆਰੰਟੀਨ ਦੀ ਸ਼ਰਤ ਸੀਗੀ ਅਤੇ ਇੱਕ ਸ਼ਰਤ ਸੀਗੀ ਕਿ ਤੁਹਾਨੂੰ 3 ਦਿਨ ਹੋਟਲ ਵਿੱਚ ਰਹਿਣਾ ਪੈਣਾ ਆ ਇਹ ਸ਼ਰਤਾਂ ਜਿਹੜੀਆਂ ਆ ਚੁੱਕ ਦਿੱਤੀਆਂ ਗਈਆਂ ਆ ਇਹਨਾਂ ਦੀ ਥਾਂ 'ਤੇ ਨਵੀਆਂ ਸ਼ਰਤਾਂ ਜਿਹੜੀਆਂ ਉਹ ਇਹ ਲਾਈਆਂ ਗਈਆਂ ਕਿ ਜਿਹੜਾ ਵੀ ਵਿਅਕਤੀ ਕੈਨੇਡਾ ਪਹੁੰਚੂਗਾ ਹੁਣ ਪਹਿਲੀ ਗੱਲ ਤਾਂ ਉਹਦੇ ਦੋਨੇ ਟੀਕੇ ਜਿਹੜੇ ਲੱਗੇ ਹੋਣੇ ਚਾਹੀਦੇ ਆ ਜਿਸ ਦਿਨ ਉਹਨੇ ਉਡਾਣ ਫੜਨੀ ਆ ਮੰਨ ਲਓ ਦਿੱਲੀ ਤੋਂ ਤੁਸੀਂ ਫਲਾਈਟ ਫੜਨੀ ਆ ਤਾਂ ਉਦੋਂ 14 ਦਿਨ ਜਾਂ 14 ਦਿਨ ਤੋਂ ਵੱਧ ਹੋ ਗਏ ਹੋਣੇ ਚਾਹੀਦੇ ਆ ਤੁਹਾਡੇ ਕੋਲ ਸਬੂਤ ਹੋਣਾ ਚਾਹੀਦਾ ਇਸ ਗੱਲ ਦਾ ਕਿ ਤੁਹਾਡੇ ਟੀਕਾ ਲੱਗਾ ਹੋਇਆ ਦੋਵੇਂ ਟੀਕੇ ਲੱਗੇ ਹੋਏ ਆ ਸੋ ਉਹ ਸਬੂਤ ਕਿਸ ਤਰ੍ਹਾਂ ਦਾ ਹੋਵੇ ਇਹਦੇ ਬਾਰੇ ਹਾਲੇ ਸਪਸ਼ਟਤਾ ਜਿਹੜੀ ਆ ਨਹੀਂ ਦਿਖਾਈ ਗਈ ਉਹ ਦੋਵੇਂ ਟੀਕੇ ਲੱਗੇ ਹੋਣ ਦਾ ਸਬੂਤ ਲੈ ਕੇ ਤੁਸੀਂ ਫਲਾਈਟ ਚੜ੍ਹ ਸਕਦੇ ਆ ਜਦੋਂ ਤੁਸੀਂ ਤੇ ਕੈਨੇਡਾ ਪਹੁੰਚੋਗੇ ਉਦੋਂ ਫਿਰ ਕੁਝ ਤੁਹਾਡਾ ਇੱਥੇ ਉਤਰਦੇ ਅਨੁਸਾਰ ਕਰੋਨਾ ਦਾ ਟੈਸਟ ਹੋਊਗਾ ਤੁਹਾਡੇ ਕੋਲ 3 ਦਿਨ ਇਕਾਂਤਵਾਸ ਵਿੱਚ ਰਹਿਣ ਦਾ ਜਿਹੜਾ ਪ੍ਰੋਗਰਾਮ ਹੋਣਾ ਚਾਹੀਦਾ ਪ੍ਰਬੰਧ ਹੋਣਾ ਚਾਹੀਦਾ ਉਹ ਹੋਟਲ 'ਚ ਰਹਿਣਾ ਤੁਸੀਂ ਕਿਸੇ ਦੇ ਘਰ ਰਹਿਣਾ ਬੇਸਮੈਂਟ 'ਚ ਉਹ ਤੁਹਾਡੀ ਟੈਨਸ਼ਨ ਹੋਣੀ ਆ ਹੋਟਲ ਦੇ ਵਿੱਚ ਤੁਹਾਨੂੰ ਨਹੀਂ ਰਹਿਣਾ ਪੈਣਾ ਉਹ ਖਰਚਾ ਜਿਹੜਾ ਚੱਕ ਦਿੱਤਾ ਗਿਆ 3 ਦਿਨਾਂ ਦੇ ਵਿੱਚ ਤੁਹਾਨੂੰ ਸਰਕਾਰੀ ਜਿਹੜੇ ਅਦਾਰੇ ਆ ਉਹ ਦੱਸ ਦੇਣਗੇ ਤੁਹਾਡੀ ਕਰੋਨਾ ਰਿਪੋਰਟ ਜਿਹੜੀ ਉਹ ਨੈਗੇਟਿਵ ਆਈ ਆ ਜਾਂ ਪੋਜ਼ਿਟਿਵ ਆਈ ਆ ਜੇਕਰ ਤੁਹਾਡੀ ਰਿਪੋਰਟ ਜਿਹੜੀ ਆ ਪੋਜ਼ਿਟਿਵ ਆਉਂਦੀ ਆ ਤਾਂ ਤੁਹਾਨੂੰ 14 ਦਿਨ ਹੋਰ ਜਿਹੜਾ ਆ ਕੁਆਰੰਟੀਨ ਕਰਨਾ ਪਊਗਾ ਅਤੇ ਜਿੰਨਾ ਚਿਰ ਤੁਹਾਡੀ ਰਿਪੋਰਟ ਮੁੜ ਕੇ ਨੈਗੇਟਿਵ ਨਹੀਂ ਆ ਜਾਂਦੀ ਉਨਾ ਚਿਰ ਤੁਹਾਨੂੰ ਇਕਾਂਤ ਵਾਸਤੇ ਰਹਿਣਾ ਪਊਗਾ ਪਰ ਜੇ ਤੁਹਾਡੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਆ ਜਾਂਦੀ ਆ ਤਾਂ ਤੁਸੀਂ ਰਾਈਟ ਵੇ ਜਿਹੜਾ 3 ਦਿਨਾਂ ਦੇ ਬਾਅਦ ਘਰ ਜਾ ਸਕਦੇ ਆ ਸੋ ਇਹ ਜਿਹੜੀਆਂ ਨਵੀਆਂ ਤਬਦੀਲੀਆਂ ਕੀਤੀਆਂ ਗਈਆਂ ਹਾਲਾਂਕਿ ਇਹਨਾਂ ਦੇ ਵਿੱਚ ਕਈ ਜਿਹੜੀ ਗੱਲਾਂ ਦੇ ਉੱਤੇ ਸਪਸ਼ਟਤਾ ਦੀ ਘਾਟ ਹੈ ਵੀ ਜਿਵੇਂ ਫੋਰ ਐਗਜ਼ਾਮਪਲ ਕਿਸੇ ਫੈਮਿਲੀ ਨੇ ਆਉਣਾ ਹੁਣ ਫੈਮਿਲੀ ਦੇ ਜਿਹੜੇ ਵੱਡੇ ਜੀ ਆ ਉਹਨਾਂ ਦੇ ਜਿਹੜੇ ਵੈਕਸੀਨ ਲੱਗੇ ਹੋਏ ਆ ਦੋਵੇਂ ਵੈਕਸੀਨ ਲੱਗੇ ਹੋਏ ਆ
ਬਹੁਤ ਸਾਰੇ ਮੁਲਕਾਂ ਦੇ ਵਿੱਚ ਹਜੇ ਬੱਚਿਆਂ ਦੇ ਵੈਕਸੀਨ ਲੱਗਣੇ ਨਹੀਂ ਸ਼ੁਰੂ ਹੋਏ, ਅਤੇ ਜੇ ਬੱਚਿਆਂ ਕੋਲ ਵੀ ਵੀਜ਼ਾ ਹੈਗਾ ਆ ਜਾਂ ਉਹ ਕੈਨੇਡੀਅਨ ਪੀ ਆਰ ਨੇ, ਸਿਟੀਜ਼ਨ ਨੇ, ਉਹਨਾਂ ਨੇ ਵਾਪਸ ਮੁੜ ਕੇ ਆਉਣਾ ਆ, ਅਤੇ ਉਹ ਫਿਰ ਕਿਵੇਂ ਆਉਣਗੇ? ਇਹਦੇ ਬਾਰੇ ਹਜੇ ਕੋਈ ਸਪਸ਼ਟ ਗੱਲ ਜਿਹੜੀ ਨਹੀਂ ਦੱਸੀ ਗਈ। ਅਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਸਬੂਤ ਹੈਗਾ ਵੈਕਸੀਨ ਲੱਗਣ ਦਾ ਉਹ ਕੀ ਹੋਵੇ? ਉਹ ਵੈਕਸੀਨ ਪਾਸਪੋਰਟ ਹੋਣਾ ਆ, ਕਿਉਂਕਿ ਕੈਨੇਡਾ ਸਰਕਾਰ ਜਿਹੜੀ ਆ ਉਹ G7 ਮੁਲਕਾਂ ਦੇ ਨਾਲ ਤਾਂ ਗੱਲਬਾਤ ਕਰ ਰਹੀ ਆ ਕਿ ਵੈਕਸੀਨ ਪਾਸਪੋਰਟ ਬਣਾਏ ਜਾਣ, ਪਰ ਮਸਲਨ ਜੇ ਕਿਸੇ ਨੇ ਭਾਰਤ ਤੋਂ ਆਉਣਾ ਆ ਉਹ ਕਿਹੜਾ ਸਬੂਤ ਦਿਖਾਵੇ ਵੀ ਉਹਦੇ ਦੋਨੇ ਟੀਕੇ ਜਿਹੜੇ ਲੱਗੇ ਹੋਏ ਆ? ਇਹਦੇ ਵਾਸਤੇ ਹਾਲੇ ਜਿਹੜੀ ਆ ਹੋਰ ਕਲੈਰਿਟੀ ਦੀ ਲੋੜ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਲੈਰਿਟੀ ਜਿਹੜੀ ਆ ਉਹ ਮਿਲ ਸਕਦੀ ਆ। ਪਰ ਇਸ ਖਬਰ ਦੇ ਨਾਲ ਲੋਕਾਂ ਨੇ ਥੋੜ੍ਹੀ ਜਿਹੀ ਰਾਹਤ ਮਹਿਸੂਸ ਕੀਤੀ ਆ, ਅਤੇ ਨਾਲ ਹੁਣ ਇਹ ਵੀ ਕਿਹਾ ਗਿਆ ਕਿ ਅਮਰੀਕਾ ਵਾਲਾ ਬਾਰਡਰ ਜਿਹੜਾ ਆ ਉਹ ਵੀ ਇਸੇ ਆਧਾਰ ਦੇ ਉੱਤੇ ਖੋਲ੍ਹਿਆ ਜਾ ਸਕਦਾ ਕਿ ਅਮਰੀਕਾ ਦੇ ਵਿੱਚ ਜਿਹਨਾਂ ਲੋਕਾਂ ਦੇ ਦੋਹਾਂ ਵੈਕਸੀਨ ਲੱਗੇ ਹੋਏ ਆ ਉਹਨਾਂ ਨੂੰ ਕੈਨੇਡਾ ਆਉਣ ਦੀ ਆਗਿਆ ਦਿੱਤੀ ਜਾਵੇ। ਸੋ ਹਾਲ ਦੀ ਘੜੀ ਜਿਹੜੀ ਤਰੀਕ ਆ ਉਹ ਜੁਲਾਈ ਕਹੀ ਜਾ ਰਹੀ ਆ ਕਿ ਜੁਲਾਈ ਦੇ ਵਿੱਚ ਹੋ ਜਾਣਾ। ਜੁਲਾਈ ਹੁਣ ਪੂਰਾ ਮਹੀਨਾ ਆ 1-30 ਦਾ ਜ਼ੂਮ ਕੀਤਾ ਜਾ ਰਿਹਾ, ਅੰਦਾਜ਼ਾ ਲਾਇਆ ਜਾ ਰਿਹਾ ਕਿ 1 ਜੁਲਾਈ ਤੋਂ ਆ, ਪਰ ਤਰੀਕ ਜਿਹੜੀ ਆ ਹਾਲੇ ਵੀ ਸਪਸ਼ਟ ਨਹੀਂ ਦੱਸੀ ਗਈ। ਪਰ ਲੋਕ ਜਿਹੜੇ ਆ ਇਸ ਗੱਲ ਨੂੰ ਲੈ ਕੇ ਖੁਸ਼ ਆ ਵੀ ਚਲੋ ਕੋਈ ਨਹੀਂ, ਇਸ ਪਾਸੇ ਇੱਕ ਚੰਗੀ ਖਬਰ ਆਈ ਆ। ਅਤੇ ਇਹ ਸਾਰੀਆਂ ਜਿਹੜੀਆਂ ਗੱਲਾਂ ਇੱਕ ਸਬਜੈਕਟਸ ਟੂ ਆ, ਮਤਲਬ ਕਿ ਇਹ ਸਾਰਾ ਕੁਝ ਤਾਂ ਸੰਭਵ ਹੋਣਾ ਆ ਜੇ ਕਰੋਨਾ ਦੀ ਜਿਹੜੀ ਦਰ ਹੈਗੀ ਇਸ ਤਰ੍ਹਾਂ ਘਟੀ ਰਹਿੰਦੀ ਆ। ਜੇ ਇਸ ਸਮੇਂ ਦੇ ਦੌਰਾਨ ਕਰੋਨਾ ਫਿਰ ਵੱਧ ਜਾਂਦਾ ਆ, ਕੋਈ ਨਵਾਂ ਵੇਰੀਐਂਟ ਆ ਜਾਂਦਾ ਆ, ਇਹ ਜਿਹੜਾ ਲਿਆ ਹੋਇਆ ਫੈਸਲਾ, ਇਹ ਬਣਾਈ ਹੋਈ ਨੀਤੀ ਜਿਹੜੀ ਆ ਇੱਥੇ ਨੱਪੀ ਜਾ ਸਕਦੀ ਆ। ਪਰ ਜੇ ਇਸੇ ਦਰ ਦੇ ਨਾਲ ਰੇਟ ਘੱਟਦੇ ਰਹੇ, ਮੌਤਾਂ ਦੀ ਗਿਣਤੀ ਘੱਟਦੀ ਰਹੀ, ਕੈਨੇਡਾ ਜਿਹੜਾ ਆ ਉਹ ਕਰੋਨਾ ਨੂੰ ਮਾਰਨ ਦੇ ਵਿੱਚ ਸਫਲ ਹੁੰਦਾ ਰਿਹਾ, ਇਹ ਨੀਤੀ ਜਿਹੜੀ ਆ ਉਹ ਜੁਲਾਈ ਦੇ ਵਿੱਚ ਲਾਗੂ ਹੋ ਸਕਦੀ ਆ। ਇਸ ਦੇ ਨਾਲ ਹੀ ਆਪਾਂ ਜੇ ਗੱਲ ਕਰੀਏ BC ਦੀ, ਤਾਂ BC ਦੇ ਵਿੱਚ BC ਸੂਬੇ ਦੇ ਵਿੱਚ ਜਿਹੜੀਆਂ ਰਾਹਤਾਂ ਆ ਉਹ ਵੀ ਦੇਣ ਦੇ ਵਾਸਤੇ ਸਰਕਾਰ ਜਿਹੜੀ ਆ ਪਹਿਲਾਂ ਹੀ ਆਪਣਾ 4 ਫੇਸ ਦਾ ਪ੍ਰੋਗਰਾਮ ਲਾਂਚ ਚੁੱਕੀ ਆ। ਦੂਜੇ ਫੇਸ ਦੇ ਵਿੱਚ ਕਿਹਾ ਗਿਆ ਸੀਗਾ ਜਿਹੜਾ ਕਿ 15 ਜੂਨ ਤੋਂ ਸ਼ੁਰੂ ਹੋਣਾ, ਵੀ 50 ਬੰਦੇ ਜਿਹੜੇ ਆ ਅੰਦਰ ਇਕੱਠੇ ਹੋ ਸਕਦੇ ਆ। ਸੋ ਅੰਦਰ ਇਕੱਠੇ ਹੋਣ ਦਾ ਮਤਲਬ ਇਹੀ ਆ ਕਿ ਕੋਈ ਔਰਗਨਾਈਜ਼ਡ ਪ੍ਰੋਗਰਾਮ ਆ, ਕੋਈ ਬੈਂਕਟ ਹਾਲ ਆ, ਕੋਈ ਥੀਏਟਰ ਆ, ਕੋਈ ਲਾਈਵ ਥੀਏਟਰ ਆ, ਜਾਂ ਕੋਈ ਸੈਮੀਨਾਰ ਕਾਨਫਰੰਸ ਆ ਕਿਸੇ ਹਾਲ ਦੇ ਵਿੱਚ ਹੋਣੀ, ਉਹ ਕੀਤੀ ਜਾ ਸਕਦੀ ਆ। ਅਤੇ ਇਸ ਗੱਲ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਵੱਡੇ ਪੱਧਰ 'ਤੇ ਆਲਰੇਡੀ ਸ਼ੁਰੂ ਹੋ ਗਈਆਂ ਆ। ਜਿਹੜੇ ਲੋਕ ਕੀਟਰਿੰਗ ਕਰਨ ਵਾਲੇ ਆ ਉਹ ਆਲਰੇਡੀ ਆਪਣੇ ਜਿਹੜੇ ਟਰੱਕ ਸ਼ਿੰਗਾਰ ਰਹੇ ਆ ਵੀ ਜੇ ਅਸੀਂ ਕਿਸੇ ਦੇ ਘਰ ਜਾ ਕੇ ਕੀਟਰਿੰਗ ਕਰਨੀ ਆ ਤਾਂ ਉੱਥੇ 50 ਬੰਦਿਆਂ ਦੀ ਕੇਟਰਿੰਗ ਜਿਹੜੀ ਹੋ ਸਕਦੀ ਆ। ਬੈਂਕਟ ਹਾਲ ਵਾਲੇ ਬੁਕਿੰਗ ਕਰ ਰਿਹਾ ਕਿ 50 ਬੰਦਿਆਂ ਦੀ ਪਾਰਟੀ ਅਸੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਜਿਹੜੇ ਥੀਏਟਰ ਹਾਲ ਨੇ ਜਿਵੇਂ ਕਿ BC ਦੇ ਵਿੱਚ ਲੈਂਡਮਾਰਕ ਸਿਨੇਮਾਜ਼ ਨੇ ਜਾਂ ਸਿਨੇਪਲੈਕਸ ਨੇ, ਉਹਨਾਂ ਵੱਲੋਂ ਆਲਰੇਡੀ ਜਿਹੜਾ ਆ ਨੌਕਰੀਆਂ ਲਈ ਇਸ਼ਤਿਹਾਰ ਵੀ ਕੱਢ ਦਿੱਤੇ ਗਏ ਆ। ਅਤੇ ਨਾਲ ਦੀ ਨਾਲ ਅਗਲੇ ਮੰਗਲਵਾਰ ਜਾਣੀ ਕਿ 15 ਜੂਨ ਤੋਂ ਟਿਕਟਾਂ ਦੀ ਬੁਕਿੰਗ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਜਾ ਰਹੀ ਆ। ਸੋ ਇਸ ਤੋਂ ਲੱਗਦਾ ਕਿ ਜਿਹੜਾ 15 ਜੂਨ ਵਾਲਾ ਫੈਸਲਾ ਆ ਉਹਦੇ ਲਈ ਪੂਰੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਹਾਲਾਂਕਿ ਕੁਝ ਦਿਨ ਪਹਿਲਾਂ 15 ਜੂਨ ਤੋਂ BC ਸਰਕਾਰ ਇਸ ਬਾਰੇ ਕਲੀਅਰ ਕਰੂਗੀ, ਪੂਰੀ ਗੱਲ ਦੱਸੀ ਜਾਊਗੀ ਕਿ ਹੋਰ ਕਿਹੜੀਆਂ ਕਿਹੜੀਆਂ ਰਾਹਤਾਂ ਦੇ ਵਿੱਚ ਮਿਲਣੀਆਂ, ਕਿਉਂਕਿ ਧਾਰਮਿਕ ਅਦਾਰੇ, ਫਿਊਨਲ ਹੋਮ, ਇਹਨਾਂ ਬਾਰੇ ਵੀ ਹਜੇ ਹੋਰ ਸਪਸ਼ਟਤਾ ਦੀ ਲੋੜ ਆ। ਪਰ ਇੰਨਾ ਜ਼ਰੂਰ ਹੈਗਾ ਆ ਕਿ 50 ਬੰਦਿਆਂ ਦੀ ਜਿਹੜੀ ਗੈਦਰਿੰਗ ਆ ਉਹ ਹੋ ਸਕਦੀ ਆ। ਅਮਰੀਕਾ ਸਾਡੇ ਤੋਂ ਅੱਗੇ ਚੱਲ ਰਿਹਾ ਆ, ਅਮਰੀਕਾ ਦੇ ਵਿੱਚ ਤਾਂ ਹੁਣ ਬੈਂਕਟ ਹਾਲ ਦੇ ਵਿੱਚ ਪਾਰਟੀਆਂ ਵੀ ਹੋ ਰਹੀਆਂ, ਘਰਾਂ ਦੇ ਵਿੱਚ ਵੀ ਇਕੱਠ ਜਿਹੜੇ ਆ ਲੋਕ ਕਰਨ ਲੱਗ ਪਏ ਆ, ਹੋਰ ਪਬਲਿਕ ਥਾਂ ਦੇ ਉੱਤੇ ਵੀ ਇਕੱਠ ਹੋ ਰਹੇ ਆ। ਸੋ ਕੈਨੇਡਾ ਵੀ ਹੌਲੀ ਹੌਲੀ ਅਮਰੀਕਾ ਦੇ ਮਗਰ ਮਗਰ ਉੱਧਰ ਨੂੰ ਜਿਹੜਾ ਵੱਧ ਰਿਹਾ ਆ, ਅਤੇ 15 ਜੂਨ ਨੂੰ ਹੋਰ ਰਾਹਤਾਂ ਜਿਹੜੀਆਂ ਮਿਲ ਜਾਣਗੀਆਂ। ਕੈਨੇਡਾ ਦੇ ਵਿੱਚ ਵਿਆਜ ਦਰਾਂ ਦੀ ਗੱਲ ਕਰੀਏ ਤਾਂ ਬੈਂਕ ਆਫ ਕੈਨੇਡਾ ਨੇ ਨਵਾਂ ਐਲਾਨ ਕਰਦਿਆਂ ਜਿਹੜੀਆਂ ਵਿਆਜ ਦਰਾਂ ਹੈਗੀਆਂ ਉਹਨਾਂ ਨੂੰ ਛੇੜਿਆ ਨਹੀਂ, ਨਾ ਵਧਾਈਆਂ ਆ ਅਤੇ ਨਾ ਹੀ ਘਟਾਈਆਂ ਆ। ਬਹੁਤ ਲੰਮੇ ਸਮੇਂ ਤੋਂ ਕੈਨੇਡਾ 'ਚ ਵਿਆਜ ਦਰਾਂ ਜਿਹੜੀਆਂ ਘੱਟ ਹੀ ਚੱਲ ਰਹੀਆਂ, ਕਰੋਨਾ ਦੇ ਕਰਕੇ ਇਹਨਾਂ ਨੂੰ ਰੱਖਿਆ ਗਿਆ ਸੀਗਾ ਥੱਲੇ ਕਿ ਜਿਹੜੀ ਆਰਥਿਕਤਾ ਆ ਉਹ ਹੌਲੀ ਹੌਲੀ ਮਜ਼ਬੂਤ ਹੋ ਜਾਵੇ, ਲੋਕਾਂ ਦੇ ਜੇਬ ਦੇ ਵਿੱਚ ਪੈਸੇ ਰਹਿਣ, ਖਰਚੇ ਜਿਹੜੇ ਉਹਨਾਂ ਦੇ ਸਿਰ ਨਾ ਚੜ੍ਹਨ। ਅਤੇ ਹਜੇ ਗਾਂਹ ਵੀ ਆਸ ਇਹੀ ਆ ਕਿ ਘੱਟੋ ਘੱਟ ਹਾਲੇ 1 ਸਾਲ ਜਿਹੜਾ ਆ ਉਹ ਮੌਰਗੇਜ ਰੇਟ ਜਿਹੜੇ ਆ ਕੈਨੇਡਾ ਦੇ ਵਿੱਚ ਘੱਟ ਹੀ ਰਹਿਣ ਦੀ ਉਮੀਦ ਆ, ਕਿਉਂਕਿ ਜਿੰਨਾ ਚਿਰ ਕੈਨੇਡਾ ਦੀ ਜਿਹੜੀ ਇਕੋਨਮੀ ਆ ਉਹ ਪੂਰੀ ਖੁੱਲ੍ਹ ਕੇ ਤੁਰਦੀ ਨਹੀਂ ਹੈਗੀ, ਮਹਿੰਗਾਈ ਦਰ ਜਿਹੜੀ ਆ ਉਹ ਵਧਣ ਨਹੀਂ ਲੱਗਦੀ, ਉਨਾ ਚਿਰ ਕੈਨੇਡਾ ਦੇ ਵਿੱਚ ਵਿਆਜ ਦਰਾਂ ਜਿਹੜੀਆਂ ਨਹੀਂ ਵਧਾਈਆਂ ਜਾ ਸਕਦੀਆਂ। ਗੱਲ ਕਰਾਂਗੇ ਅਮਰੀਕਾ ਦੀ। ਅਮਰੀਕਾ ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਇਹ ਦਾਅਵਾ ਕੀਤਾ ਸੀਗਾ ਕਿ 4 ਜੁਲਾਈ ਤੋਂ ਪਹਿਲਾਂ ਅਸੀਂ 70% ਅਮਰੀਕਨ ਲੋਕਾਂ ਦੇ 1 ਟੀਕਾ ਜ਼ਰੂਰ ਲਾ ਦੇਣਾ ਆ। ਸੋ ਇਸ ਵਾਸਤੇ ਬੜੀ ਤੇਜ਼ੀ ਦੇ ਨਾਲ ਟੀਕਾਕਰਨ ਮੁਹਿੰਮ ਸ਼ੁਰੂ ਹੋਈ ਆ। 2 ਮਿਲੀਅਨ ਲੋਕਾਂ ਦੇ ਰੋਜ਼ਾਨਾ ਟੀਕਾਕਰਨ ਜਿਹੜਾ ਹੁੰਦਾ ਰਿਹਾ ਆ, ਪਰ ਹੁਣ ਜਿਹੜਾ ਅਚਾਨਕ ਜਿਹੜੀ ਆ ਕੇ ਖੜੋਤ ਆ ਗਈ ਆ, ਪਿਛਲੇ ਕੁਝ ਦਿਨਾਂ ਤੋਂ ਦੇਖਿਆ ਜਾ ਰਿਹਾ ਕਿ ਸਿਰਫ 4 ਲੱਖ ਲੋਕ ਜਿਹੜੇ ਆ ਰੋਜ਼ਾਨਾ ਟੀਕਾ ਲਵਾ ਰਹੇ ਆ। ਉਹਦਾ ਵੱਡਾ ਕਾਰਨ ਇਹ ਆ ਕਿ ਜਿਹੜੇ ਲੋਕ ਬੜੇ ਉਤਸੁਕ ਸੀਗੇ, ਉਤਸ਼ਾਹ ਦੇ ਵਿੱਚ ਸੀਗੇ, ਉਹ ਟੀਕੇ ਲਵਾ ਚੁੱਕੇ ਆ। ਅਤੇ ਜਿਹੜੇ ਲੋਕ ਟੀਕੇ ਨੂੰ ਮਾਨਤਾ ਨਹੀਂ ਦਿੰਦੇ ਜਾਂ ਇਹ ਸਮਝਦੇ ਆ ਕਿ ਟੀਕਾ ਲਵਾਉਣਾ ਆਪਣੀ ਸਿਹਤ ਨਾਲ ਖਿਲਵਾੜ ਕਰਨਾ ਆ, ਇਹਦੇ ਨਾਲ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ, ਜਾਂ ਇਹ ਕਰੋਨਾ ਹੀ ਸ਼ੱਕੀ ਆ,
ਉਹ ਟੀਕਾ ਲਗਵਾਉਣ ਜਿਹੜਾ ਨਾ ਨਹੀਂ ਜਾ ਰਹੇ। ਸੋ ਜਿਹੜੇ ਅਮਰੀਕਾ ਦੇ ਤੱਟੀ ਇਲਾਕੇ ਆ, ਈਸਟ ਵੈਸਟ ਆ, ਉੱਥੇ ਬਹੁਤੇ ਲੋਕ ਜਿਹੜੇ ਆ ਟੀਕਾ ਲਵਾ ਚੁੱਕੇ ਆ, ਪਰ ਜਿਹੜਾ ਸੈਂਟਰਲ ਅਮੈਰੀਕਾ ਮਿਡ ਵੈਸਟ ਆ ਉੱਥੇ ਬਹੁਤ ਸਾਰੇ ਲੋਕ ਆ ਹਾਲੇ ਜਿਹੜੇ ਕਿ ਟੀਕਾ ਲਵਾਉਣ ਨੂੰ ਤਰਜੀਹ ਨਹੀਂ ਦੇ ਰਹੇ। ਇਸ ਕਰਕੇ ਬਾਈਡਨ ਪ੍ਰਸ਼ਾਸਨ ਬੜੇ ਸਖਤੇ ਵਿੱਚ ਆ ਕਿ ਹੁਣ ਜਿਹੜੀ ਇਹ ਗੱਲ ਕਹੀ ਗਈ ਸੀ, ਦਾਅਵਾ ਕੀਤਾ ਗਿਆ ਸੀਗਾ ਕਿ 4 ਜੁਲਾਈ ਤੱਕ 70% ਲੋਕਾਂ ਦੇ ਟੀਕਾ ਇੱਕ ਇੱਕ ਲੱਗਾ ਹੋਊਗਾ, ਉਹਨੂੰ ਪੂਰਾ ਕਰਨਾ ਉਸ ਟੀਚੇ ਨੂੰ ਬਹੁਤ ਔਖਾ ਹੋ ਰਿਹਾ ਆ। ਸੋ ਹਾਲੇ ਵੀ ਅੰਕੜੇ ਦੱਸ ਰਹੇ ਕਿ 15 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਅਡਲਟ ਅਮਰੀਕਾ ਦੇ ਵਿੱਚ ਜਿਹੜੇ ਆ ਉਹਨਾਂ ਨੇ ਹਾਲੇ ਇੱਕ ਡੋਜ਼ ਵੀ ਜਿਹੜੀ ਆ ਟੀਕੇ ਦੀ ਨਹੀਂ ਲੱਗੀ, ਜਿਸ ਕਰਕੇ ਅਮਰੀਕਾ ਦੀ ਟੀਕਾਕਰਨ ਮੁਹਿੰਮ ਦੇ ਵਿੱਚ ਖੜੋਤ ਆ ਚੁੱਕੀ ਆ। ਡਾਕਟਰ ਐਂਥਨੀ ਫੌਸੀ ਜਿਹੜੇ ਕਿ ਮੁੱਖ ਸਿਹਤ ਅਧਿਕਾਰੀ ਆ, ਉਹ ਕਹਿੰਦੇ ਵੀ ਅਸੀਂ ਤਾਂ ਇਹੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਰਦੇ ਰਹਾਂਗੇ ਕਿ ਟੀਕਾਕਰਨ ਜਿਹੜਾ ਸਭ ਦੇ ਜਲਦੀ ਤੋਂ ਜਲਦੀ ਹੋਵੇ, ਅਤੇ ਪਰ ਅਸੀਂ ਜੇ ਨਹੀਂ ਵੀ ਟੀਚਾ ਹਾਸਲ ਕਰ ਸਕਦੇ ਫਿਰ ਵੀ ਅਸੀਂ ਜ਼ੋਰ ਲਾਈ ਜਾਵਾਂਗੇ ਵੀ ਚਲੋ ਜਿੰਨਿਆਂ ਦੇ ਲੱਗਿਆ ਉਨਿਆਂ ਦਾ ਹੀ ਸਹੀ, ਅਤੇ ਅਗਾਂਹ ਜਿਹੜਾ ਹੋਰਾਂ ਦੇ ਲੱਗ ਜਾਵੇ। ਸੋ ਇਸ ਵਾਸਤੇ ਆਲਰੇਡੀ ਦੱਸਿਆ ਗਿਆ ਕਿ 14 ਸਟੇਟਸ ਨੇ, 14 ਸੂਬੇ ਨੇ ਅਮਰੀਕਾ ਦੇ ਜਿਹਨਾਂ ਦੇ ਵਿੱਚ 70% ਤੋਂ ਉੱਪਰ ਟੀਕਾਕਰਨ ਜਿਹੜਾ ਹੋ ਚੁੱਕਿਆ ਆ। 12 ਕੁ ਦੇ ਕਰੀਬ ਸਟੇਟਸ ਹੋਰ ਨੇ ਜਿਨ੍ਹਾਂ ਦੇ ਉੱਤੇ ਆਸ ਆ ਕਿ 4 ਜੁਲਾਈ ਤੱਕ ਉਹਨਾਂ ਨੇ 70% ਤੱਕ ਪਹੁੰਚ ਜਾਣਾ ਆ, ਪਰ ਬਾਕੀ ਜਿਹੜੇ ਸੂਬੇ ਆ ਉਹਨਾਂ ਦੇ ਉੱਤੇ ਕੋਈ ਆਸ ਨਹੀਂ ਹੈਗੀ। ਫੋਰ ਐਗਜ਼ਾਮਪਲ ਮਿਸੀਸਿਪੀ ਸੂਬੇ ਵਿੱਚ ਸਿਰਫ 34% ਲੋਕਾਂ ਨੇ ਹਾਲੇ ਜਿਹੜਾ ਪਹਿਲਾ ਟੀਕਾ ਲਵਾਇਆ ਆ, ਅਤੇ ਉੱਥੇ ਲੋਕ ਜਿਹੜੇ ਆ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾ ਰਹੇ। ਸਰਕਾਰ ਵੱਲੋਂ ਇਸ਼ਤਿਹਾਰਬਾਜ਼ੀ ਰਾਹੀਂ, ਜਨਸੰਪਰਕ ਮੁਹਿੰਮ ਦੇ ਰਾਹੀਂ, ਹੋਰ ਬਹੁਤ ਕੋਸ਼ਿਸ਼ਾਂ ਰਾਹੀਂ ਲੋਕਾਂ ਨੂੰ ਜਿਹੜਾ ਆ ਉਤਸ਼ਾਹਿਤ ਕੀਤਾ ਜਾ ਰਿਹਾ ਵੀ ਜਾ ਕੇ ਤੁਸੀਂ ਟੀਕਾ ਲਵਾਓ, ਪਰ ਲੋਕ ਹਾਲੇ ਗੱਲ ਜਿਹੜੀ ਆ ਉਹ ਅਣਸੁਣੀ ਆ ਜਿਹੜੀ ਕਰ ਰਹੇ ਆ ਜੀ। ਜੇ ਤੁਹਾਨੂੰ ਲੈ ਕੇ ਚੱਲੀਏ ਕਲਕੱਤੇ ਤਾਂ, ਕਲਕੱਤੇ ਤੋਂ ਅੱਜ ਖਬਰਾਂ ਇਹ ਆ ਰਹੀਆਂ ਕਿ ਪੰਜਾਬ ਦੇ ਨਾਲ ਸੰਬੰਧਿਤ 2 ਨਾਮੀ ਗੈਂਗਸਟਰ ਜਿਹੜੇ ਆ ਪੁਲਿਸ ਨੇ ਮੁਕਾਬਲੇ ਵਿੱਚ ਮਾਰ ਮੁਕਾਏ ਆ। ਇਹ ਗੱਲ ਵੱਖਰੀ ਆ ਕਿ ਪੁਲਿਸ ਦੇ ਮੁਕਾਬਲੇ ਦੇ ਉੱਤੇ ਕਿੰਤੂ ਪ੍ਰੰਤੂ ਹੋਣੇ ਸ਼ੁਰੂ ਹੋ ਗਏ ਆ। ਜਿਸ ਹਿਸਾਬ ਦੀਆਂ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ ਆ, ਜਿਸ ਹਿਸਾਬ ਦੀਆਂ ਤਸਵੀਰਾਂ ਤੋਂ ਮੌਕਾ ਇਹ ਵਾਰਦਾਤ ਦਿਸ ਰਹੀ ਆ, ਉਹ ਕਈ ਸ਼ੱਕ ਜਿਹੜੇ ਆ ਪੈਦਾ ਕਰ ਰਹੀ ਆ। ਪਰ ਪੁਲਿਸ ਨੇ ਦਾਅਵਾ ਕੀਤਾ ਕਿ ਦੋਵੇਂ ਜਿਹੜੇ ਵਾਂਟਡ ਗੈਂਗਸਟਰ ਸੀਗੇ ਅਸੀਂ ਮੁਕਾਬਲੇ ਵਿੱਚ ਜਿਹੜੇ ਆ ਮਾਰ ਮੁਕਾਏ ਆ। ਇਹਨਾਂ ਦੇ ਵਿੱਚ ਜੈਪਾਲ ਸਿੰਘ ਭੁੱਲਰ ਜਿਹੜਾ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸੀਗਾ ਅਤੇ ਜਸਪ੍ਰੀਤ ਸਿੰਘ ਜੱਸੀ ਖਰੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ। ਦੋਹਾਂ ਦੇ ਸਿਰ ਦੇ ਉੱਤੇ 15 ਲੱਖ ਦਾ ਇਨਾਮ ਜਿਹੜਾ ਰੱਖਿਆ ਹੋਇਆ ਆ। ਸੋ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਦੀ STF ਨੇ ਬੰਗਾਲ ਪੁਲਿਸ ਦੇ ਨਾਲ ਰਲ ਕੇ ਜਿਹੜਾ ਕਲਕੱਤਾ ਦੇ ਵਿੱਚ ਇਹ ਮੁਕਾਬਲਾ ਜਿਹੜਾ ਕੀਤਾ ਆ ਉਹ ਉਸ ਵੇਲੇ ਨੱਪਿਆ ਗਿਆ ਇਹਨਾਂ ਗੈਂਗਸਟਰ ਨੂੰ ਜਦੋਂ ਕਿ ਦੋਵੇਂ ਹਾਲੇ ਆਪਣੇ ਰੂਮ ਦੇ ਵਿੱਚ ਸੁੱਤੇ ਪਏ ਸੀਗੇ। ਬੇਸ਼ੱਕ ਇਹਨਾਂ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਕਤਲ ਡਕੈਤੀਆਂ ਦੇ ਮਾਮਲੇ ਦਰਜ ਸੀਗੇ, ਪਰ 15 ਮਈ ਨੂੰ ਜਗਰਾਓਂ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ, 2 ਪੁਲਿਸ ਵਾਲੇ ਜਿਹੜੇ ASI ਭਗਵਾਨ ਸਿੰਘ ਅਤੇ ASI ਦਲਵਿੰਦਰ ਸਿੰਘ ਦੀ ਉਸ ਵਿੱਚ ਮੌਤ ਹੋਈ ਆ। ਉਸ ਤੋਂ ਬਾਅਦ ਪੰਜਾਬ ਪੁਲਿਸ ਬੜੀ ਸਰਗਰਮੀ ਦੇ ਨਾਲ ਇਹਨਾਂ ਦੀ ਭਾਲ ਜਿਹੜੀ ਆ ਉਹ ਕਰ ਰਹੀ ਸੀਗੀ, ਅਤੇ ਇਹਨਾਂ ਨੂੰ ਗੁਪਤ ਸੂਚਨਾ ਪੰਜਾਬ ਪੁਲਿਸ ਕਹਿੰਦੀ ਸਾਨੂੰ ਮਿਲੀ ਸੀਗੀ ਕਿ ਦੋਵੇਂ ਜਾਣੇ ਜਿਹੜੇ ਆ ਉਹ ਕਲਕੱਤਾ ਰਹਿ ਰਹੇ ਆ। 7 ਜੂਨ ਨੂੰ ਪੰਜਾਬ ਪੁਲਿਸ ਦੀ ਟੀਮ ਜਿਹੜੀ ਆ ਉੱਥੇ ਪਹੁੰਚ ਗਈ ਸੀਗੀ, ਜਿਹਨਾਂ ਨੂੰ ਕਿ ਪਤਾ ਸੀਗਾ ਕਿ 22-23 ਮਈ ਤੋਂ ਲਗਭਗ ਇਹ ਕਲਕੱਤਾ ਦੇ ਸ਼ਿਪੁਰਜੀ ਇਲਾਕੇ ਵਿੱਚ ਰਹਿ ਰਹੇ ਆ। ਸੋ ਇਹ ਜਿਹੜੇ ਦੋਵੇਂ ਜੈਪਾਲ ਅਤੇ ਜੱਸੀ ਆ ਇਹਨਾਂ ਦੇ ਉੱਤੇ ਇਹ ਵੀ ਦੋਸ਼ ਲੱਗਿਆ ਸੀਗਾ ਕਿ ਇਹ ਬੇਸ਼ੱਕ ਕਤਲ ਡਕੈਤੀਆਂ ਤਾਂ ਕਰਦੇ ਸੀਗੇ, ਜਿਹੜਾ ਜਸਵਿੰਦਰ ਰੌਕੀ ਇੱਕ ਨਾਮਵਰ ਗੈਂਗਸਟਰ ਜਿਹੜਾ ਕਤਲ ਕੀਤਾ ਗਿਆ ਸੀਗਾ ਹਿਮਾਚਲ ਪ੍ਰਦੇਸ਼ ਦੇ ਸੋਲਨ ਲਾਗੇ ਪਰਵਾਣੂ ਦੇ ਵਿੱਚ, ਉਹਦਾ ਕਤਲ ਵੀ ਇਹਨਾਂ ਨੇ ਹੀ ਕੀਤਾ ਸੀਗਾ, ਜਿਹਦੇ ਕਿ ਦੋਸ਼ ਲੱਗਦੇ ਸੀਗੇ ਜਿਹਨੇ ਕਿ ਪ੍ਰਭਜਿੰਦਰ ਡੈਂਪੀ ਦਾ ਕਤਲ ਜਿਹੜਾ ਉਸ ਤੋਂ ਪਹਿਲਾਂ ਰੌਕੀ ਨੇ ਕਰਵਾਇਆ ਸੀਗਾ। ਸੋ ਗੈਂਗਸਟਰਾਂ ਦੀ ਆਪਸੀ ਲੜਾਈ ਜਿਹੜੀ ਆ ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ, ਪਰ ਪੁਲਿਸ ਨੇ ਇੰਨਾ ਇੰਟਰਸਟ ਨਹੀਂ ਸੀ ਲਿਆ ਜਿੰਨਾ ਕਿ ਪੁਲਿਸ ਵਾਲਿਆਂ ਦੇ ਮਰਨ ਤੋਂ ਬਾਅਦ ਇੰਟਰਸਟ ਲਿਆ ਆ, ਅਤੇ ਇਸ ਤਰ੍ਹਾਂ ਮੁਕਾਬਲਾ ਜਿਹੜਾ ਆ ਹੁਣ ਕੀਤਾ ਗਿਆ ਆ। ਹੁਣ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਜਾਂ ਇਹਨਾਂ ਦੇ ਨਾਲ ਦੇ ਜਿਹੜੇ ਗੈਂਗਸਟਰ ਆ ਉਹ ਸੋਸ਼ਲ ਮੀਡੀਆ ਵਰਤ ਕੇ ਕਹਿ ਰਹੇ ਆ ਕਿ ਮੁਕਾਬਲਾ ਜਿਹੜਾ ਬਣਾਇਆ ਗਿਆ ਆ ਮੁਕਾਬਲਾ ਹੋਇਆ ਨਹੀਂ, ਇਹ ਝੂਠਾ ਮੁਕਾਬਲਾ ਆ। ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਆ ਉਹ ਲੋਕਾਂ ਦੇ ਮਨਾਂ 'ਚ ਸਹਿਮ ਪਾਉਣ ਦੇ ਲਈ ਕੀਤੀਆਂ ਗਈਆਂ ਕਿ ਬਹੁਤ ਜ਼ਿਆਦਾ ਖਤਰਨਾਕ ਜਿਹੜੇ ਇਹ ਬੰਦੇ ਸੀਗੇ। ਸੋ ਇਹ ਦੱਸਿਆ ਜਾ ਰਿਹਾ ਗੁਪਤ ਜਾਣਕਾਰੀ ਦੇ ਹਿਸਾਬ ਦੇ ਨਾਲ ਕਿ ਜਿਹੜਾ ਜੱਸੀ ਜੋ ਮਾਰਿਆ ਗਿਆ ਉਹਨੇ ਕਿਸੇ ਨੂੰ ਫੋਨ ਕੀਤਾ, ਉਸ ਤੋਂ ਬਾਅਦ ਦੇ ਵਿੱਚ ਇਹ ਜਾਣਕਾਰੀ ਹੌਲੀ ਹੌਲੀ ਪੁਲਿਸ ਤੱਕ ਪਹੁੰਚੀ ਆ ਅਤੇ ਉਹਨਾਂ ਦੇ ਟਿਕਾਣੇ ਬਾਰੇ ਸੂਹ ਜਿਹੜੀ ਆ ਮਿਲੀ ਆ। ਅਤੇ ਜਿਹੜੇ ਪੁਲਿਸ ਵਾਲੇ STA ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਦੇ ਬਾਰੇ ਪੁਲਿਸ ਅਧਿਕਾਰੀ ਚੌਹਾਨ ਅਤੇ ਪੁਲਿਸ ਅਧਿਕਾਰੀ ਬਰਾੜ ਦਾ ਨਾਮ ਉਰੇ ਆ ਰਿਹਾ, ਜਿਨ੍ਹਾਂ ਨੇ ਕਿ ਵਿੱਕੀ ਗੌਂਡਰ ਨੂੰ ਵੀ ਮੁਕਾਬਲੇ ਦੇ ਵਿੱਚ ਮਾਰਿਆ ਸੀ। ਗੱਲ ਕਰੀਏ ਡੇਰਾ ਮੁਖੀ ਡੇਰਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ, ਉਹਦੇ ਉੱਤੇ ਬੜੀ ਜਿਹੜਾ ਕਿਰਪਾ ਹੋ ਰਹੀ ਹੈ ਸਰਕਾਰਾਂ ਦੀ। ਉਹ ਕਹਿੰਦਾ ਕਿ ਮੈਂ ਢਿੱਲਾ ਮਿੱਠਾ ਆ, ਉਹਨੂੰ ਤੁਰੰਤ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਂਦਾ ਆ, ਕਦੀ ਉਹਨੂੰ ਮਾਂ ਨੂੰ ਮਿਲਾਉਣ ਲਈ ਲਿਜਾਇਆ ਜਾਂਦਾ ਆ, ਕਦੀ ਉਹਨੂੰ ਹਨੀਪ੍ਰੀਤ ਦੀਆਂ ਸੇਵਾਵਾਂ ਲੈਣ ਦੀ ਆਗਿਆ ਦਿੱਤੀ ਜਾਂਦੀ ਆ। ਇਸ ਗੱਲ ਨੂੰ ਲੈ ਕੇ
ਇਸ ਸਾਰੇ ਕੇਸ ਨੂੰ ਇਸ ਮੁਕਾਮ ਤੱਕ ਪਹੁੰਚਣ ਵਾਲਾ ਛਤਰਪਤੀ ਪਰਿਵਾਰ ਜਿਹੜਾ ਬੜਾ ਹੈਰਾਨ ਆ। ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਜਿਹਨਾਂ ਦੇ ਕਿ ਉਠਾਏ ਹੋਏ ਇਸ ਮਾਮਲੇ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਈ ਸੀਗੀ, ਉਹਨਾਂ ਦੇ ਬੇਟੇ ਅੰਸ਼ਲ ਛਤਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ ਕਿ ਚੀਫ ਜਸਟਿਸ ਨੂੰ ਚਿੱਠੀ ਲਿਖੀ ਆ ਕਿ ਇੱਕ ਐਸੀ ਜਿਹੜੀ ਹੈ ਵਿਡੰਬਣਾ ਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜੀਆਂ ਇੰਨੇ ਖੁੱਲ੍ਹੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਆ ਉਹਦੀ ਬਿਮਾਰੀ ਦੀ ਜਾਂਚ ਕੀਤੀ ਜਾਵੇ, ਹਾਈ ਕੋਰਟ ਜਾਂਚ ਕਰਾਵੇ ਕਿ ਉਹਨੂੰ ਕਿਹੜੀ ਬਿਮਾਰੀ ਆ, ਲੋਕਾਂ ਨੂੰ ਪਤਾ ਹੋਣਾ ਚਾਹੀਦਾ। ਅਤੇ ਉਸ ਨਾਲ ਹੀ ਉਹਦੇ ਕੀਤੇ ਜਾ ਰਹੇ ਇਲਾਜ ਦੀ CCTV ਫੋਟੇਜ ਜਿਹੜੀ ਉਹ ਵੀ ਜਨਤਕ ਕੀਤੀ ਜਾਵੇ ਕਿ ਪਤਾ ਤਾਂ ਲੱਗੇ ਕਿ ਉਹ ਹਸਪਤਾਲ ਦੇ ਵਿੱਚ ਬੈਠਾ ਕਿ ਕਿਤੇ ਉਹਨੂੰ ਆਰਾਮਖਾਨੇ ਦੇ ਵਿੱਚ ਆਰਾਮ ਕਰਾਇਆ ਜਾ ਰਿਹਾ ਆ ਜਿੱਥੇ ਕਿ ਉਹ ਪਰਿਵਾਰਕ ਜੀਆਂ ਨੂੰ ਵੀ ਮਿਲ ਰਿਹਾ ਆ। ਅੰਸ਼ਲ ਛਤਰਪਤੀ ਨੇ ਆਪਣੇ ਬਿਆਨ ਦੇ ਵਿੱਚ ਦੋਸ਼ ਲਾਏ ਆ ਕਿ ਡੇਰਾ ਰਾਮ ਰਹੀਮ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ, ਬਿਮਾਰੀ ਦੇ ਬਹਾਨੇ ਰਿਆਇਤਾਂ ਦਿੱਤੀਆਂ ਜਾ ਰਹੀਆਂ ਆ। ਹਨੀਪ੍ਰੀਤ ਨੂੰ ਡੇਰਾ ਮੁਖੀ ਦੀ ਸੇਵਾਦਾਰ ਬਣਾਉਣ ਦੇ ਉੱਤੇ ਵੀ ਉਹਨਾਂ ਨੇ ਹਰਿਆਣਾ ਸਰਕਾਰ ਦੇ ਉੱਤੇ ਇਤਰਾਜ਼ ਕੀਤਾ ਆ ਅਤੇ ਨਾਲ ਹੀ ਕਿਹਾ ਕਿ ਡੇਰਾ ਮੁਖੀ ਨੂੰ ਕਦੀ ਮਾਂ ਦੀ ਬਿਮਾਰੀ ਦੇ ਬਹਾਨੇ, ਕਦੀ ਉਸਦੀ ਆਪਣੀ ਬਿਮਾਰੀ ਦੇ ਬਹਾਨੇ ਜਿਹੜਾ ਸਾਹ ਦਵਾਇਆ ਜਾ ਰਿਹਾ। ਹੌਲੀ ਹੌਲੀ ਲੋਕਾਂ ਦੇ ਵਿੱਚ ਧਾਰਨਾ ਪੱਕੀ ਕਰਾਈ ਜਾ ਰਹੀ ਆ ਕਿ ਲੋਕ ਇਤਰਾਜ਼ ਕਰਨ ਹਟ ਜਾਣ ਅਤੇ ਫਿਰ ਡੇਰਾ ਮੁਖੀ ਨੂੰ ਲੰਮੀ ਛੁੱਟੀ ਦੇ ਉੱਤੇ ਦੇ ਦਿੱਤੀ ਜਾਵੇ ਅਤੇ ਇਸ ਲੰਮੀ ਛੁੱਟੀ ਦੇ ਵਾਸਤੇ ਹੀ ਛੁੱਟੀਆਂ ਜਿਹੜਾ ਆ ਰਾਹ ਪੱਧਰਾ ਕਰ ਰਹੀਆਂ ਆ। ਸੋ ਉਹਨਾਂ ਨੇ ਹਾਈ ਕੋਰਟ ਦੇ ਕੋਲੋਂ ਇਹ ਮੰਗ ਕੀਤੀ ਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਦੁੱਧ ਆ ਦੁੱਧ ਜਿਹੜਾ ਆ ਉਹ ਦੁੱਧ ਆ ਦੁੱਧ ਅਤੇ ਪਾਣੀ ਦਾ ਪਾਣੀ ਜਿਹੜਾ ਉਹ ਕੀਤਾ ਜਾਵੇ। ਆਪਾਂ ਜਾਣਦੇ ਹਾਂ ਅਖੀਰਲੀ ਖਬਰ ਵੱਲ ਵੱਧਦੇ ਹਾਂ ਕਿ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਦਿੱਲੀ ਦੀਆਂ ਸੜਕਾਂ ਦੇ ਉੱਤੇ ਇਸ ਵੇਲੇ ਬੈਠੇ ਹੋਏ ਆ, 42 ਡਿਗਰੀ ਟੈਂਪਰੇਚਰ ਦੱਸਦੇ ਆ ਇੱਥੇ ਇਸ ਵੇਲੇ। ਅਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ 42 ਡਿਗਰੀ ਟੈਂਪਰੇਚਰ ਦੇ ਵਿੱਚ ਜ਼ਮੀਨ ਤਪਦੀ ਆ ਤਾਂ ਫਿਰ ਕੀ ਹਾਲ ਹੁੰਦਾ ਦਿੱਲੀ ਸ਼ਹਿਰ ਜਿੱਥੇ ਕਿ ਨਾ ਦਰਖਤ ਨੇ, ਤੰਬੂਆਂ ਦੇ ਵਿੱਚ ਬੈਠੇ ਉਹ ਕਿਸਾਨ ਜਿਹੜੇ ਆ, ਜਿੱਥੇ ਇੱਕ ਪਾਸੇ ਦਿੱਲੀ ਸਰਕਾਰ ਵਾਰ ਵਾਰ ਨਾ ਕਰ ਰਹੀ ਆ, ਹਾਲੇ ਵੀ ਉਹੀ ਗੱਲ ਦੇ ਉੱਤੇ ਅੜੀ ਹੋਈ ਆ ਕਿ ਅਸੀਂ ਖੇਤੀ ਬਿੱਲ ਜਿਹੜੇ ਆ ਉਹ ਰੱਦ ਨਹੀਂ ਕਰਨੇ, ਦੂਜੇ ਪਾਸੇ ਪੰਜਾਬ ਸਰਕਾਰ ਵੀ ਉਹਨਾਂ ਤੋਂ ਘੱਟ ਨਹੀਂ। ਪੰਜਾਬ ਸਰਕਾਰ ਤੋਂ ਮੰਗ ਕਰਦਾ ਇੱਕ ETT ਅਧਿਆਪਕ ਸੁਰਿੰਦਰ ਪਾਲ ਬੀਤੇ 1920 ਘੰਟਿਆਂ ਤੋਂ ਟਾਵਰ ਦੇ ਉੱਤੇ ਗੁਜ਼ਾਰ ਚੁੱਕਾ ਆ। ਪਿਛਲੇ 80 ਦਿਨਾਂ ਤੋਂ ਉਹ ਲੀਲਾ ਭਵਨ ਪਟਿਆਲਾ ਦੇ 260 ਫੁੱਟ ਉੱਚੇ ਮੋਬਾਈਲ ਟਾਵਰ ਦੇ ਉੱਤੇ ਚੜ੍ਹਿਆ ਹੋਇਆ ਤਾਂ ਕਿ ਕਿਤੇ ਸ਼ਾਇਦ ਇਸ ਟਾਵਰ ਤੋਂ ਕੈਪਟਨ ਅਮਰਿੰਦਰ ਸਿੰਘ ਮੋਤੀ ਮਹਿਲ 'ਚ ਉਹਨੂੰ ਦੇਖ ਸਕਣ ਅਤੇ ਉਹਦੀ ਜਿਹੜੀ ਪੁਕਾਰ ਆ ਉਹ ਸੁਣ ਸਕੇ, ਪਰ ਸਰਕਾਰਾਂ ਨੂੰ ਨਜ਼ਰ ਨਹੀਂ ਆ ਰਿਹਾ। ਸੋ ਤਕਰੀਬਨ 1920 ਘੰਟੇ ਉਹਨੇ ਟਾਵਰ ਦੇ ਉੱਤੇ ਗੁਜ਼ਾਰੇ ਆ, ਚਾਹੇ ਮੀਂਹ ਸੀ ਚਾਹੇ ਹਨੇਰੀ ਸੀ ਚਾਹੇ ਤੂਫਾਨ ਸੀਗੀ, ਧੁੱਪਾਂ ਦਾ ਸੇਕ ਵੀ ਹੰਢਾਇਆ ਆ। ਸੋ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬਿਆਨਪੁਰ ਦਾ ਇੱਕ ਅਤਿ ਗਰੀਬ ਮਜ਼ਦੂਰ ਪਰਿਵਾਰ ਦਾ ਇਹ ਅਧਿਆਪਕ ETT ਪਾਸ ਜਿਹੜਾ ਆ ਆਪਣੀਆਂ ਮੰਗਾਂ ਲੈ ਕੇ ਟਾਵਰ ਦੇ ਉੱਤੇ ਚੜ੍ਹਿਆ ਹੋਇਆ ਕਿ ਉਹਨੇ ਪਹਿਲੇ ਦਰਜੇ ਦੇ ਵਿੱਚ ਇਮਤਿਹਾਨ ਪਾਸ ਕੀਤੇ, ਮਿਹਨਤ ਕੀਤੀ, ਪਰ ਉਸਦੀ ਮਿਹਨਤ ਦਾ ਮੁੱਲ ਜਿਹੜਾ ਆ ਉਹ ਨਹੀਂ ਮਿਲ ਰਿਹਾ। ਇੱਥੋਂ ਤੱਕ ਕਿ ਸੁਰਿੰਦਰ ਪਾਲ ਦੀ ਕਰਜ਼ਾਈ ਹੋਈ ਪਈ ਆ ਪੰਜਾਬ ਸਰਕਾਰ ਵੱਲੋਂ ਜਿਹੜਾ ਐਲਾਨ ਕੀਤਾ ਹੋਇਆ ਕਿ ਉਸਨੂੰ 2500 ਰੁਪਏ ਪ੍ਰਤੀ ਮਹੀਨਾ ਮਿਲੂਗਾ ETT ਅਧਿਆਪਕ ਵਜੋਂ, ਉਹ ਵੀ ਨਹੀਂ ਦਿੱਤਾ ਜਾ ਰਿਹਾ। ਅਤੇ ਉਸਦੇ ਹਿਸਾਬ ਦੇ ਨਾਲ 1,35,000 ਰੁਪਈਆ ਉਹਦਾ ਸਰਕਾਰ ਵੱਲ ਜਮ੍ਹਾਂ ਹੋਇਆ ਪਿਆ ਅਤੇ ਅਜਿਹੇ ਹਾਲਾਤ ਦੇ ਵਿੱਚ ਇਹ ਗਰੀਬ ਪਰਿਵਾਰ ਜਿਹੜਾ ਆ ਉਹ ਆਪਣੀ ਰੋਜ਼ੀ ਰੋਟੀ ਤੋਂ ਵੀ ਆਤਰ ਹੋਇਆ ਆ, ਸਰਕਾਰ ਵੱਲ 1,35,000 ਰੁਪਈਆ ਖੜ੍ਹਾ ਦੇ ਨਹੀਂ ਰਹੇ। ਇਸ ਕਰਕੇ ਸਰਕਾਰ ਦਾ ਧਿਆਨ ਦਿਵਾਉਣ ਦੇ ਵਾਸਤੇ ਉਹ 80 ਦਿਨਾਂ ਤੋਂ ਟਾਵਰ ਦੇ ਉੱਤੇ ਚੜ੍ਹਿਆ ਬੈਠਾ ਆ। ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਜਿਹੜੀ ਬੜੀ ਦਿਲ ਕੰਬਾਊ ਆ ਜੋ ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਆ ਕਿ 80 ਦਿਨਾਂ ਤੋਂ ਟਾਵਰ 'ਤੇ ਬੈਠੇ ਸੁਰਿੰਦਰ ਪਾਲ ਦਾ ਵਜ਼ਨ ਵੀ ਘੱਟ ਗਿਆ, ਸਿਹਤ ਕਮਜ਼ੋਰ ਪੈਣ ਲੱਗੀ ਆ, ਪਰ ਪਾਣੀ ਪੀ ਕੇ ਬਿਸਕੁਟ ਖਾ ਕੇ ਗੁਜ਼ਾਰਾ ਕਰ ਰਹੇ ਇਸ ਅਧਿਆਪਕ ਦੀ ਗੱਲ ਜਿਹੜੀ ਆ ਕਿਤੇ ਵੀ ਸੁਣੀ ਨਹੀਂ ਜਾ ਸਕੀ। ਸੁਰਿੰਦਰ ਪਾਲ ਦੀ ਮੰਗ ਇੰਨੀ ਆ ਕਿ ETT ਅਧਿਆਪਕ ਜਿਹੜੇ ਹੈਗੇ ਆ 2364 ਉਹਨਾਂ ਨੂੰ ਪੱਕੇ ਕੀਤਾ ਜਾਵੇ, ਉਹਨਾਂ ਸੁਣੀ ਜਾਵੇ, ਜੋ ਬਕਾਇਆ ਹੈਗਾ ਆ ਉਹ ਦਿੱਤਾ ਜਾਵੇ। ਪਰ ਸਰਕਾਰਾਂ ਤਾਂ ਸਰਕਾਰਾਂ ਹੀ ਹੁੰਦੀਆਂ, ਚਾਹੇ ਉਹ ਦਿੱਲੀ ਵਾਲੀਆਂ ਹੋਣ ਅਤੇ ਚਾਹੇ ਪੰਜਾਬ ਵਾਲੀਆਂ ਹੋਣ, ਮਾੜੇ ਬੰਦੇ ਦੀ ਸੁਣਵਾਈ ਕਰਨ ਦੇ ਵਾਸਤੇ ਉਹ ਬਿਲਕੁਲ ਵੀ ਧਿਆਨ ਨਹੀਂ ਦਿੰਦੀਆਂ। ਹੋਰ ਵੱਡੇ ਕੰਮਾਂ ਦੇ ਵਾਸਤੇ ਪੈਸੇ ਖਰਚਣ ਦੇ ਵਿੱਚ ਬਿਲਕੁਲ ਵੀ ਢਿੱਲ ਨਹੀਂ ਕੀਤੀ ਜਾਂਦੀ, ਇਹੀ ਉਸ ਮੁਲਕ ਦੀ ਤ੍ਰਾਸਦੀ ਹੈ। ਇੱਥੇ ਹੀ ਖਬਰਾਂ ਸਮਾਪਤ ਕਰਨ ਦੀ ਆਗਿਆ ਬਖਸ਼ੋ, ਕੱਲ੍ਹ ਨੂੰ ਹੋਰ ਗੱਲਬਾਤ ਜਾਣਕਾਰੀ ਤਬਸਰਾ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।